चलो कोई नहीं कर लेने हल मसला ही कोई नहीं जनाब। हाँ भी शेरो ये प्रोग्राम आज दा शेर साहब आज अपना हल्के दा विजिट है। अच्छा किधर दा अपने हल्के जी। चलो निकलो फिर आज कटो कट के चलिए। चलो जी कथे कथे यार खजल कर दें वोटा पास पेंडा थावां जे बाबे नूं घेर लो इन्हां चार गल्लां मार लीए। ਵਾਹ ਬਜ਼ੁਰਗੋ ਕੀ ਹਾਲ ਚਾਲ ਆ ਸੁਣਾਓ ਬਜ਼ੁਰਗੋ ਠੀਕ ਹੋ ਠੀਕ ਹੈ ਚਰ ਸਰ ਤੁਸੀਂ ਸੁਣਾਓ ਠੀਕ ਹੋ ਬਿਲਕੁਲ ਵਧੀਆ ਹੋਰ ਪਛਾਣਿਆ ਸਾਨੂੰ ਕਿ ਨਹੀਂ ਮੈਂ ਕਹਾਂ ਜੀ ਤੁਹਾਨੂੰ ਕੋਈ ਭੁੱਲ ਸਕਦੇ ਆ ਅਸੀਂ ਤੁਹਾਡੇ ਵੱਡਿਆਂ ਨੂੰ ਵੀ ਜਾਣਦੇ ਆ ਅਸੀਂ ਬਿਲਕੁਲ ਅਸੀਂ ਵੀ ਤੁਹਾਡੇ ਵੱਡਿਆਂ ਕੋ ਆਨੇ ਰਹਿੰਦੇ ਸੀਗੇ ਤੇ ਸਾਡੇ ਵੱਡੇ ਤੁਹਾਡੇ ਵੱਡਿਆਂ ਕੋ ਆਏ ਆ ਅਸੀਂ ਤੁਹਾਡੇ ਕੋ ਆਣਾ ਵਾ ਤੁਸੀਂ ਸਾਡੇ ਬਜ਼ੁਰਗ ਆ ਹੋਰ ਸੁਣਾਓ ਸਭ ਵਧੀਆ ਅੱਲਾ ਦਾ ਸ਼ੁਕਰ ਤੁਸੀਂ ਸੁਣਾਓ ਬਸ ਬਿਲਕੁਲ ਵਧੀਆ ਕੰਮ ਲੱਗੇ ਹੋ ਫਿਰ ਚੋਰੀ ਵੀ ਕੰਮ ਤਾਂ ਕਰਨਾ ਹੀ ਪੈਂਦਾ ਵਾ ਹਾਂ ਹਾਂ ਕੰਮ ਦਿਖਾਵਾਂਗੇ ਬਸ ਜੀ ਇਦਾਂ ਹੀ ਆ ਕੰਮ ਕੁਮ ਤਾਂ ਕਰਨੇ ਪੈਂਦੇ ਆ ਸਾਡੇ ਬੰਦੇ ਆ ਬਈ ਸਰ ਸਾਹਿਬ ਅੱਜ ਕਿੱਦਾਂ ਤਸ਼ਰੀਫ ਲਾਏ ਕਿੱਦਾਂ ਆਉਣੀਆਂ ਹੋਈਆਂ ਅੱਜ ਆਣ ਵਾਸਤੇ ਤੁਹਾਡੇ ਕੋਲ ਕਿਸੇ ਮਕਸਦ ਨੂੰ ਆਣਾ ਮਤਲਬ ਨੂੰ ਆਣਾ ਵੈਸੇ ਅਸੀਂ ਕਾ ਇੰਤਜ਼ਾਰ ਕਰਿਆ ਹੀ ਆ ਬਜ਼ੁਰਗਾਂ ਦੇ ਹੋਰ ਸੁਣਾਓ ਸਭ ਵਧੀਆ ਜੀ ਰਹੇ ਆ ਬਈ ਅੱਲਾ ਦਾ ਸ਼ੁਕਰ ਆ ਮਿਹਰਬਾਨੀ ਤੁਹਾਡੀ ਤੁਸੀਂ ਆਏ ਹੂੰ ਬਾਈ ਖਿਆਲ ਰੱਖਣਾ ਆਪਣਾ ਵੋਟਾਂ ਦਾ ਟਾਈਮ ਆ ਗਿਆ ਤੇ ਤਾਬਿਆਦਾਰ ਅਸੀਂ ਤੁਹਾਡੇ ਆ ਉਹ ਕਿਸੇ ਵੀ ਚੀਜ਼ ਦੀ ਲੋੜ ਹੋਵੇ ਸੇਵਾ ਦੀ ਸਾਨੂੰ ਤੁਸੀਂ ਹੁਕਮ ਲਾਣਾ ਆਰਡਰ ਲਾਣਾ ਇਹ ਨਹੀਂ ਕਿ ਜੱਕ ਦੇ ਕੋਈ ਗੱਲ ਨਹੀਂ ਅਸੀਂ ਤੁਹਾਡੇ ਵੱਡਿਆਂ ਨੂੰ ਵੀ ਪੁੱਛਿਆ ਵਾ ਹੁਣ ਵੀ ਗਾੜੀ ਵੋਟਾਂ ਤੁਹਾਨੂੰ ਹੀ ਦੇਣੀਆਂ ਸੀ ਤੁਹਾਡੇ ਨਾਲ ਖੜੇ ਆ ਬਣਾਉਣਾ ਕਿਉਂ ਆ ਇਹ ਤਾਂ ਤੁਹਾਡੀ ਮੁਹੱਬਤ ਆ ਤੂੰ ਫਿਰ ਵੀ ਕਿਸੇ ਚੀਜ਼ ਦੀ ਲੋੜ ਹੋਈ ਕਿਸੇ ਸੇਵਾ ਦੀ ਸਾਨੂੰ ਹੁਕਮ ਲਾਣਾ ਸਾਡੇ ਬੂਹੇ ਤੁਹਾਡੇ ਵਾਸਤੇ ਹਮੇਸ਼ਾ ਖੁੱਲੇ ਆ ਸਮਝ ਲੱਗੀ ਨਾ ਅੱਲਾ ਦਾ ਸ਼ੁਕਰ ਆ ਉਹ ਤਾਂ ਠੀਕ ਹੈ ਚੋਰ ਸਾਹਿਬ ਸਭ ਕੁਝ ਠੀਕ ਆ ਮੇਰਾ ਨਾ ਖੋਤਾ ਮਰ ਗਿਆ ਮੈਨੂੰ ਨਾ ਖੋਤੇ ਦੀ ਜ਼ਰੂਰਤ ਆ ਖੋਤਾ ਮੈਨੂੰ ਲੈ ਵੋਟਾਂ ਤੁਹਾਡੀਆਂ ਪੱਕੀਆਂ ਤੁਹਾਨੂੰ ਆਉਣ ਦੀ ਲੋੜ ਹੀ ਕੋਈ ਬਜ਼ੁਰਗ ਤਾਂ ਖੋਤੇ ਦੀ ਮੰਨ ਗਏ ਆ ਕੋਈ ਨਹੀਂ ਦੇਖ ਮੰਡੀਆਂ 'ਚ ਲਾ ਕੇ ਦੇ ਦੇ ਕੋਈ ਨਹੀਂ ਬਜ਼ੁਰਗੋ ਸ਼ਾਮ ਤੱਕ ਖੋਤਾ ਪਹੁੰਚ ਜੂ ਇਹ ਸੇਵਾ ਕਿਹੜੀ ਹੋਈ ਹੋਰ ਵੀ ਕਿਸੇ ਚੀਜ਼ ਦਾ ਆਰਡਰ ਲਾਣਾ ਹੋਇਆ ਤੁਸੀਂ ਲਾਜ਼ਮੀ ਸੁਨੇਹਾ ਦੇ ਦੇਣਾ ਹੈ ਬਸ ਸੁਨੇਹਾ ਪਹੁੰਚਾਉਣਾ ਤੇ ਸ਼ਾਮ ਤੱਕ ਤੁਹਾਡੀ ਹਰਸ਼ ਹੈ ਪੂਰੀ ਆ ਵੋਟਾਂ ਦਾ ਧਿਆਨ ਮੁਕੰਮਲ ਰੱਖਣਾ ਵਾ ਆਪਣੇ ਸਾਰੇ ਅੱਗੇ ਪਿੱਛੇ ਵੀ ਆਪਣੇ ਖਾਨਦਾਨ 'ਚ ਵੀ ਹੈ ਪੂਰੇ ਧਿਆਨ ਚਲ ਸਾਹਿਬ ਜਦੋਂ ਖੋਤਾ ਮਿਲ ਗਿਆ ਵੋਟਾਂ ਤੁਹਾਡੀਆਂ ਪੱਕੀਆਂ ਵੋਟਾਂ ਤੁਹਾਨੂੰ ਹੀ ਦੇਣੀਆਂ ਅੱਗੇ ਵੀ ਦਿੱਤੀਆਂ ਹੁਣ ਵੀ ਦਵਾਂ ਠੀਕ ਆ ਫਿਰ ਬਜ਼ੁਰਗ ਸਾਨੂੰ ਦਿਓ ਇਜਾਜ਼ਤ ਅਸੀਂ ਅੱਗੇ ਵੀ ਜਾਣਾ ਹਲਕੇ 'ਚ ਹੁਣ ਚੌਰ ਸਾਹਿਬ ਤੁਸੀਂ ਇਦਾਂ ਕਰੋ ਆਏ ਆ ਹੁਣ ਤੁਸੀਂ ਚਾਹ ਪਾਣੀ ਤਾਂ ਪੀ ਕੇ ਜਾਓ ਨਹੀਂ ਨਹੀਂ ਤੁਸੀਂ ਹੁਣ ਆਪਣੇ ਘਰ ਜਾਣਾ ਥੋੜਾ ਜਿਹਾ ਦੂਰ ਆ ਤੁਸੀਂ ਪਹੁੰਚੋ ਤੇ ਅਸੀਂ ਅੱਗੇ ਹਲਕੇ ਨਹੀਂ ਨਿਕਲਣਾ ਹੁਣ ਬਹੁਤ ਚਾਹ ਪਾਣੀ ਸਵੇਰ ਤੋਂ ਫਿਰ ਸ਼ਾਮ ਤੱਕ ਚੱਲਦੇ ਰਹਿੰਦਾ ਕੋਈ ਨਹੀਂ ਸਵੇਰੇ ਟਕਰਾਂਗੇ ਤੁਹਾਨੂੰ ਬੰਦਾ ਸ਼ਾਮ ਨੂੰ ਆ ਕੇ ਖੋਤਾ ਪਚਾ ਜਾਏਗਾ ਉਹ ਟੈਨਸ਼ਨ ਨਹੀਂ ਲੈਣੀ ਤੁਸੀਂ ਠੀਕ ਆ ਚਲੋ ਠੀਕ ਵੋਟਾਂ ਨੂੰ ਪੂਰਾ ਧਿਆਨ ਰੱਖਣਾ ਵੋਟਾਂ ਨੂੰ ਘਬਰਾਓ ਉਹ ਹਾਂ ਵੀ ਕੋਈ ਸ਼ਡਿਊਲ ਤਾਂ ਨਹੀਂ ਹੈਗਾ ਜੀ ਯਾਰ ਵਿਹਲੇ ਆ ਮੈਂ ਅੱਜ ਨਾ ਨਿਕਲਣਾ ਕਿਤੇ ਹੋਰ ਤੇ ਤੁਸੀਂ ਸ਼ਡਿਊਲ ਦੇਖ ਲਿਓ ਹੈ ਤੇ ਹਜੇ ਯਾਦ ਆਇਆ ਬਜ਼ੁਰਗਾਂ ਨੂੰ ਕੱਲ੍ਹ ਜਿਹੜੇ ਪਰਸੋਂ ਟੱਕਰੇ ਸੀ ਉੱਥੇ ਸ਼ਾਮੀ ਤੇ ਉਹਨਾਂ ਦਾ ਖੋਤਾ ਪਜਾ ਦਿੱਤਾ ਸੀ ਨਹੀਂ ਚੋਰ ਸਾਹਿਬ ਮੈਂ ਪਤਾ ਕੀਤਾ ਸੀ ਖੋਤਿਆਂ ਦੇ ਤੇ ਰੇਟ ਹੀ ਬਹੁਤ ਆ 50-60 ਹਜ਼ਾਰ ਦਾ ਖੋਤਾ ਵਾ ਉਹਨੂੰ ਕੋਈ 4-5 ਹਜ਼ਾਰ ਦਾ ਖੋਤਾ ਹੋ ਗਿਆ ਹਾਂਜੀ ਚੋਰ ਸਾਹਿਬ ਤੁਸੀਂ ਉਹਨੂੰ ਕੋਈ 4-5 ਹਜ਼ਾਰ ਦੇ ਕੇ ਜਾਂ ਛਡਾਓ ਉੱਥੋਂ ਚਲੋ ਜਦੋਂ ਆਇਆ ਉਹਨੂੰ 4-5 ਹਜ਼ਾਰ ਹਾਂਜੀ ਚਲੋ ਠੀਕ ਆ ਫਿਰ ਚੋਰ ਸਾਹਿਬ ਕਿਸ ਤਰ੍ਹਾਂ ਕੰਪੇਨ ਕਿਸ ਤਰ੍ਹਾਂ ਚੱਲ ਰਹੀ ਆ ਵੋਟਾਂ ਦਾ ਅੱਜ ਕੱਲ ਦੌਰ ਚੱਲ ਰਿਹਾ ਆ ਜਾਣਾ ਪੈਂਦਾ ਹੁਣ ਹਲਕੇ 'ਚ ਪੁੱਛੋ ਨਾ ਜਨਾਬ ਅੱਜ ਕੱਲ ਬਹੁਤ ਜ਼ਰੀਰ ਹੋਏ ਪਏ ਆ ਤੁਹਾਨੂੰ ਪਤਾ 25 ਸਾਲੀ ਨਿਕਲਣਾ ਹੁੰਦਾ ਉਦਾਂ ਤਾਂ ਹਰ ਬੰਦੇ ਦੇ ਡੇਰੇ ਧੱਕੇ ਖਾਣੇ ਆ ਕਿਸੇ ਦੀ ਸੁਣ ਲਈ ਕਿਸੇ ਦੀ ਨਾ ਆਪਾਂ ਲੰਘਦੇ ਵੜਦੇ ਊਂ ਕੰਮ ਕਰਾਉਣਾ ਵੀ ਪੈ ਜਾਂਦਾ ਕਈਆਂ ਦਾ ਪਰ ਇਹ ਆ ਜਿਹੜਾ ਇਕੱਲੇ ਇਕੱਲੇ ਦੀ ਜਾ ਕੇ ਮੂੰਹ ਸੁੰਘਣਾ ਪੈਂਦਾ ਨਾ 25 ਸਾਲ ਇਹ ਕੰਮ ਬਹੁਤ ਔਖਾ ਇਹ ਜਾ ਇਕੱਲੇ ਇਕੱਲੇ ਬੰਦੇ ਦੀ ਟਕੇ ਟਕੇ ਦੀਆਂ ਗੱਲਾਂ ਸੁਣੀਆਂ ਪੈਣੀਆਂ ਇਹ ਕੰਮ ਯਾਬ ਦਾ ਝੂਟੇ ਵੀ ਤਾਂ ਤੁਸੀਂ ਲੈਨੇ ਆ ਜੀ 5 ਸਾਲ ਫਿਰ ਇਹੀ ਆ ਨਜ਼ਾਰੇ ਇਸ ਗੱਲ ਦੇ ਹੀ ਆ ਚਲੋ ਬਾਕੀ ਇਹ ਕੌਮ ਨੂੰ ਕਿੱਦਾਂ ਸਦਾਈ ਬਣਾ ਲੈਨੇ ਤੁਸੀਂ ਕੌਮ ਹੈ ਹੀ ਸਦਾਈ ਹੈ ਬਣਾਉਣਾ ਨਹੀਂ ਪੈਂਦਾ ਇਹ ਕੌਮ ਹੈ ਹੀ ਸਦਾਈ ਹੈ ਇਹਨਾਂ ਨੂੰ ਬਣਾਉਣ ਦੀ ਲੋੜ ਇਹਨੂੰ ਆਪਾਂ ਖੁਦੂ ਕੀ ਬਣਾਉਣਾ ਆ ਥਾਂ ਥਾਂ ਤੇ ਵਿਕਦੇ ਦੇਖ ਲਿਓ ਅੱਛਾ ਦੇਖ ਲਓ ਇਹ ਘੜੀ ਦੀ ਘੜੀ ਆਪਣਾ ਫਾਇਦਾ ਦੇਖਦੇ ਹੋਇਆ 5 ਸਾਲ ਫਿਰ ਉਹ ਲਿੱਤਰ ਖਾਂਦੇ ਆ ਫਿਰ ਪਿੱਟਦੇ ਆ ਵੀ ਸਾਡੇ ਤੇ ਮਹਿੰਗਾਈ ਦਾ ਜੀ ਬੋਝ ਪਾ ਦਿੱਤਾ ਆ ਇਹਦੇ ਵਿੱਚ ਹੀ ਤਾਂ ਸਵਾਲ ਆਉਂਦਾ ਹੈ ਆਪਣਾ ਇਹਨਾਂ ਨੂੰ ਅਕਲ ਆ ਜਵੇ ਤੇ ਕੌਣ ਇਹਨਾਂ ਨੂੰ ਪੁੱਛੇ ਮੁੜ ਕੇ ਸਾਡੇ ਵਰਗੇ ਨੂੰ ਕੌਣ ਪੁੱਛੇ ਆ ਜਿੰਨੇ ਵੀ ਮਹਿਲ ਚਵਾਰੇ ਬਣੇ ਹੋਏ ਆ ਨਾ ਕਰਕੇ ਹੀ ਆ ਉਦਾਂ ਜਿੱਦਣ ਇਹਨਾਂ ਨੂੰ ਅਕਲ ਆ ਗਈ ਆ ਤੇ ਤੁਹਾਨੂੰ ਲੁਕਣਾ ਅੱਖਾਂ ਹੋ ਜਾਣਾ ਆ ਉਦੋਂ ਲਈ ਰੱਖਾਂ ਜਿੰਨੀ ਦਿਨ ਬਣਦੇ ਆ ਇਹ ਨਹੀਂ ਇਸ ਕੌਮ ਨੂੰ ਆਣੀ ਨਾ ਹੀ ਆਪਾਂ ਆਣ ਦੇਣੀ ਆ ਓਏ ਆ ਕਿੱਧਰੋਂ ਆ ਗਿਆ ਓਏ ਆ ਡਿਮਾਂਡਾ ਦੇਖਿਓ ਜੀ ਖੋਤਿਆਂ ਤੱਕ ਵੀ ਇਹਨਾਂ ਡਿਮਾਂਡਾ ਇੱਥੇ ਤੱਕ ਅਸਲਾਮ ਅਲੈਕਮ ਚੌਰੀ ਸਾਹਿਬ ਵਾਲੇਕਮ ਸਲਾਮ ਕੀ ਹਾਲ ਆ ਬਾਈ ਵਧੀਆ ਅੱਲਾ ਦਾ ਸ਼ੁਕਰ ਤੁਸੀਂ ਸੁਣਾਓ ਠੀਕ ਠਾਕ ਉਹ ਕੁਰਸੀ ਫਾੜੋ ਮੁੰਡਿਆ ਤੁਸੀਂ ਕੁਰਸੀ ਕਰਸੀ ਰਹਿਣ ਦੋ ਕੋਈ ਗੱਲ ਨਹੀਂ ਬੈਠੋ ਤੁਸੀਂ ਬਹਿਣਾ ਨਹੀਂ ਹੈਗਾ ਹੁਕਮ ਕਰੋ ਤੁਹਾਨੂੰ ਇੱਕ ਅਰਜ਼ ਕੀਤੀ ਸੀ ਓਹੋ ਉਹ ਯਾਰ ਮੁੰਡੇ ਨੂੰ ਭੇਜਿਆ ਤਾਂ ਸੀ ਪਰ ਉਹ ਮੇਰਾ ਖਿਆਲ ਆ ਕੰਜਰ ਨੇ ਨਾ ਕੋਈ ਗੱਲ ਗੋਲੀ ਨਹੀਂ ਜਾਂ ਫਿਰ ਉਹਨੂੰ ਹਿਸਾਬ ਕਿਤਾਬ ਨਹੀਂ ਆਇਆ ਹੋਣਾ ਤੂੰ ਐਦਾਂ ਕਰ ਮੇਰਾ ਬਾਈ ਨਾ ਆਹ ਸੇਵਾ ਥੋੜ੍ਹੀ ਜਿਹੀ ਫੜ
आपे ले ली अपने ना खोता आप ही ना अज बन ली चौर साहब 5000। हाँ भाई होर आप हम कि मुल लाई चौर साहब केड़ी दुनिया च बसते हो सामने ही है कोई नहीं बी चौर साहब 5000 का खोता कितने आता है पता नहीं खोता का चौर साहब 40-50 हज़ार के लागे खोता आता वा मुल खोते जिन्ना भी नहीं पाया है नहीं की मतलब बोर्ड का मुल खोते जिन्ना भी नहीं पाया खोता 50 हज़ार का आंदा अच्छा 5000 का बी कौन दिंदा वा बोर्ड का मुल खोते की कीमत जिन्ना भी दिंदे हैगे ठीक है ना हुण आवाम नूं शौर आ गया हुण आवाम उहनूं बोर्ड दिंदी आ आवाम नूं पता लग गया सोशल मीडिया नाल जिहड़ा बंदा काम कराउंदा वा आवाम उहदे नाल आ पहले दौर मुक गए हुण उम्मीद है कि थोनू अज का मैसेज समझ जरूर आ गया होना अपने वोट की आप कदर करो किसी उच्चे बंदे नाल हाथ मिला के वो थोड़ा हाल चाल पुछ लवे या एक चाह की प्याली ते अपना वोट ना वेचो ये थोड़े को अमानत आ जिहड़ी तुसी अपने आने वाली नस्लों नाल खयानत करनी है अगर किसी गलत बंदे नूं चुणिया साडियां नस्लों ने सानू अज इहो जिहे हुक्मरान दिते आ ते अज असीं अपने मुल्क विच इस जगह पर खलोते हैं कि ना तो असी वो कौड़ा घुट नंघा सकते हैं ना ही बाहर कढ सकते हैं तो तुसी चूज करना अगे तो अपने आने वाले हुक्मरान अपने बच्चों वास्ते कि उन्होंने वास्ते तुसी कंडे वाले दरख्त बीज के चले हैं या फल वाले इसलिए अपनी कदर अपने थोड़े वोट दे विच किसी चज दे बंदे नूं अगर अज तुसी सिलेक्ट करोगे कल नूं थोड़ी उस तरह कदर करेगा जिदा अज थोड़े अगे वोटा मंगदा झुकदा बस साडा यही पैगाम सी रब राखा।